सत श्री अकाल दोस्तों, गोल्डन पंजाब यूट्यूब चैनल उपर तुहाडा स्वागत है। दोस्तों जेकर तुसी हुण तक साडे इस चैनल नूं सबसक्राइब नहीं कीता तां प्लीज़ साडे चैनल नूं सबसक्राइब कर लो तां कि हर एक नवीं वीडियो तुहाडे तक सब तों पहलां पहुँच सके। दोस्तों जिवें कि आपां सारे जाणदे हाँ, पिछले दिन ही सिद्धू मूसेवाला ने कांग्रेस पार्टी विच ज्वाइन कर लिया है। उन्हां दे कांग्रेस पार्टी विच ज्वाइन करन तों बाद उन्हां दे कुछ फैन ਅਤੇ ਉਹਨਾਂ ਨੂੰ ਚਾਹੁਣ ਵਾਲੇ ਅਤੇ ਨਾ ਚਾਹੁਣ ਵਾਲੇ ਬਹੁਤ ਸਾਰੇ ਲੋਕ ਉਹਨਾਂ ਤੋਂ ਨਾਰਾਜ਼ ਹੋ ਗਏ ਹਨ। ਸੁਣਨ ਵਿੱਚ ਆਇਆ ਹੈ ਕਿ ਦੋਸਤੋ ਇੱਕ ਦਿਨ ਵਿੱਚ ਸਿੱਧੂ ਮੂਸੇਵਾਲਾ ਨੂੰ 30,000 ਲੋਕਾਂ ਨੇ ਇੰਸਟਾਗ੍ਰਾਮ ਉੱਪਰ ਅਨਫੋਲੋ ਕਰ ਦਿੱਤਾ ਹੈ। ਦੋਸਤੋ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਸਪੋਰਟ ਪਰਮੀਸ਼ ਵਰਮਾ ਨੇ ਇੱਕ ਸਟੋਰੀ ਪਾ ਕੇ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਪੋਰਟ ਵਿੱਚ ਸੋਨੀਆ ਮਾਨ ਵੀ ਆ ਚੁੱਕੀ ਹੈ। ਸੋਨੀਆ ਮਾਨ ਨੇ ਸਿੱਧੂ ਮੂਸੇਵਾਲਾ ਦੀ ਸਪੋਰਟ ਵਿੱਚ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਸਪੋਰਟ ਵਿੱਚ ਹੁਣ ਸੋਨੀਆ ਮਾਨ ਨੇ ਵੀ ਇੱਕ ਸਟੋਰੀ ਸ਼ੇਅਰ ਕਰ ਦਿੱਤੀ ਆ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਪਰ ਇੱਕ ਸਟੋਰੀ ਸ਼ੇਅਰ ਕਰਦੇ ਲਿਖਿਆ ਹੈ ਕਿ ਮੈਂ ਸਿੱਧੂ ਮੂਸੇਵਾਲਾ ਦਾ ਸਮਰਥਨ ਕਰਦੀ ਹਾਂ। ਜੇਕਰ ਕੋਈ ਚੰਗਾ ਵਿਅਕਤੀ ਰਾਜਨੀਤੀ 'ਚ ਆਉਂਦਾ ਹੈ ਤਾਂ ਸਾਨੂੰ ਸਭ ਨੂੰ ਸਮਰਥਨ ਕਰਨਾ ਚਾਹੀਦਾ ਹੈ। ਜ਼ਮੀਨੀ ਪੱਧਰ 'ਤੇ ਸਖ਼ਤ ਮਿਹਨਤ ਅਸਲ ਵਿੱਚ ਮਾਇਨੇ ਰੱਖਦੀ ਹੈ। ਸੋਨੀਆ ਮਾਨ ਨੇ ਸਿੱਧੂ ਮੂਸੇਵਾਲਾ ਦੀ ਸਪੋਰਟ ਵਿੱਚ ਇੰਨਾ ਲਿਖਦੇ ਹੋਏ ਸਿੱਧੂ ਮੂਸੇਵਾਲਾ ਦੀ ਫੁੱਲ ਸਪੋਰਟ ਕੀਤੀ ਹੈ। ਪਰਮੀਸ਼ ਵਰਮਾ ਅਤੇ ਸੋਨੀਆ ਮਾਨ ਦੀ ਸਪੋਰਟ ਤੋਂ ਬਾਅਦ ਹੁਣ ਬੱਬੂ ਮਾਨ ਦੀ ਵੀ ਇੱਕ ਸਟੋਰੀ ਸਾਹਮਣੇ ਆ ਰਹੀ ਹੈ। ਬੱਬੂ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇੱਕ ਸਟੋਰੀ ਪਾਉਂਦੇ ਹੋਏ ਲਿਖਿਆ ਹੈ ਕਿ ਕਾਂਗਰਸ ਨੂੰ ਜਫਾ ਪਾਉਣ ਤੋਂ ਪਹਿਲਾਂ ਲੋਕ ਇਹ ਭੁੱਲ ਜਾਂਦੇ ਹਨ ਕਿ ਇਹ ਉਹੀ ਪਾਰਟੀ ਹੈ ਜਿਸ ਨੇ ਸਿੱਖਾਂ ਨਾਲ 1984 ਵਿੱਚ ਘੱਲੂਘਾਰਾ ਕੀਤਾ ਸੀ। ਪੋਲੀਟਿਕਸ ਇੱਕ ਗੰਦਗੀ ਦਾ ਦਲਦਲ ਹੈ। ਮੈਂ ਚਾਹੁੰਦਾ ਤਾਂ ਹੁਣ ਤੱਕ ਕਦੋਂ ਦਾ CM ਬਣ ਗਿਆ ਹੋਣਾ ਸੀ, ਪਰ ਮੈਂ ਆਪਣੀ ਜ਼ਮੀਰ ਦਾ ਸੌਦਾ ਨਹੀਂ ਕਰ ਸਕਦਾ। ਦੋਸਤੋ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਸਿੱਧੂ ਮੂਸੇਵਾਲਾ ਦੀ ਸਪੋਰਟ ਵਿੱਚ ਗਿੱਪੀ ਗਰੇਵਾਲ, ਦਲਜੀਤ ਦਸਾਂਝ, ਸਨੀ ਮਾਲਟਨ ਵਰਗੇ ਹੋਰ ਕਲਾਕਾਰਾਂ ਨੇ ਵੀ ਸਿੱਧੂ ਮੂਸੇਵਾਲੇ ਦੀ ਸਪੋਰਟ ਕੀਤੀ ਹੈ। ਪਿਆਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਾਈਵ ਹੋਇਆ ਅੱਜ ਅਤੇ ਹੋਣਾ ਜ਼ਰੂਰੀ ਵੀ ਸੀ ਐਟ ਦਿਸ ਮੂਮੈਂਟ। ਅਤੇ ਕੱਲ੍ਹ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਬਾਸ਼ ਮਿਲ ਰਹੀ ਹੈ ਬਹੁਤ, ਮੈਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਅਤੇ ਇੱਧਰੋਂ ਉੱਧਰੋਂ ਬਾਈ ਤੂੰ ਐਂ ਕਰਤਾ, ਗਦਾਰੀ ਕਰਤੀ, ਫਲਾਨਾ ਕਰਤਾ, ਧਮਕਾ ਕਰਤਾ। ਲਾਈਵ ਮੈਂ ਹੋਣਾ ਸੀ, ਲਾਈਵ ਕੋਈ ਮੈਂ ਕਿਸੇ ਨੂੰ ਸਫਾਈ ਦੇਣ ਵਾਸਤੇ ਜਾਂ ਸਹੀ ਬਣਨ ਵਾਸਤੇ, ਸੱਚਾ ਬਣਨ ਵਾਸਤੇ ਜਾਂ ਪੋਚੇ ਮਾਰਨ ਵਾਸਤੇ ਮੈਂ ਲਾਈਵ ਨਹੀਂ ਹੋਇਆ। ਮੇਰੇ ਨਾਲ ਥੋੜ੍ਹੇ ਬਹੁਤ ਲੋਕ ਜੁੜੇ ਨੇ ਜਿਨ੍ਹਾਂ ਨੇ ਪਿਆਰ ਕਰਕੇ ਮੈਂ ਇੱਥੇ ਬੈਠਾ ਅਤੇ ਜਿਹੜੇ ਜਿਨ੍ਹਾਂ ਨਾਲ ਮੇਰੇ ਦਿਲੋਂ ਰਿਸ਼ਤਾ ਹੈ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਮੇਰਾ ਇੱਕ ਫਰਜ਼ ਬਣਦਾ ਵੀ ਮੈਂ ਉਹਨਾਂ ਨੂੰ ਜੋ ਜੋ ਉਹਨਾਂ ਦੇ ਕੁਐਸਚਨ ਨੇ ਅਤੇ ਉਹਨਾਂ ਨੂੰ ਮੈਂ ਕਲੀਅਰ ਕਰਾਂ। ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਇਕੱਲੇ ਹੀ ਹਾਂ ਜਾਂ ਮੈਂ ਇਕੱਲਾ ਸਾਰਾ ਕੁਛ ਕਰ ਲਊਂਗਾ, ਕਿਉਂਕਿ ਜਿਹੜੇ ਬੰਦੇ ਸ਼ੁਰੂ ਤੋਂ ਮੇਰੇ ਨਾਲ ਨੇ ਉਹਨਾਂ ਨੂੰ ਮੇਰਾ ਇਹ ਕਲੀਅਰ, ਜਿਨ੍ਹਾਂ ਨੇ ਮੈਨੂੰ ਹੁਣ ਤੱਕ ਸਪੋਰਟ ਕੀਤਾ ਉਹਨਾਂ ਨੂੰ ਕਲੀਅਰ ਕਰਨਾ ਬਣਦਾ ਸੀ ਵੀ ਇਹ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕੱਲ੍ਹ ਦੀਆਂ ਮੈਂ ਤਾਂ ਬੈਟਰਮੈਂਟ ਵਾਸਤੇ ਮੈਂ ਯਾਨੀ ਕਿ ਸੋਚ ਕੇ ਕੀਤਾ ਸੀ ਸਭ ਕੁਛ ਵੀ ਹੈ ਨਾ ਕੁਛ ਚੰਗਾ ਕਰਾਂਗੇ ਹੈ ਨਾ ਬਾਈ ਕਾਂਗਰਸ ਹੀ ਕਿਉਂ, ਸਾਰੇ ਜਵਾਬ ਦਿੰਦਾ ਮੇਰੇ, ਮੈਂ ਸਾਰੇ ਜਵਾਬ ਦਿੰਦਾ, ਇੱਕੋ ਇੱਕ ਗੱਲ ਦਾ ਜਵਾਬ ਦਿਓ, ਜਵਾਬ ਦੇਣ ਵਾਸਤੇ ਹੀ ਆਇਆ ਮੈਂ। ਕਿਉਂਕਿ ਜੋ ਤੁਸੀਂ ਬੈਠੇ ਹੋ ਉਹਨਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਯਾਨੀ ਕਿ ਮੈਂ ਕੱਲ੍ਹ ਦੀਆਂ ਸੁਣੀ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਕੀ ਪ੍ਰਤੀਕਿਰਿਆ ਹੋ ਰਹੀ ਹੈ ਅਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਕੀ ਕੁਛ ਹੋਣਾ, ਕੀ ਕੁਛ ਗੱਲਾਂ ਹੋਣੀਆਂ, ਕੀ ਕੁਛ ਬੋਲਿਆ ਜਾਊਗਾ ਹੈ ਨਾ ਅਤੇ ਕਿਵੇਂ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ। ਮੈਨੂੰ ਸਾਰਾ ਕੁਛ ਪਤਾ ਸੀ ਉਸ ਚੀਜ਼ ਬਾਰੇ ਵੀ ਆਹ ਚੀਜ਼ਾਂ ਆਹ ਫੇਸ ਹੋਣਗੇ ਅਤੇ ਮੈਨੂੰ 4 ਸਾਲ ਹੋ ਗਏ ਮੇਰੇ ਕੋਲ ਉਹਨਾਂ ਨੂੰ ਅਤੇ ਮੈਂ ਇਹੀ ਕੁਛ ਹੀ ਦੇਖਿਆ ਲਾਈਫ ਦੇ ਵਿੱਚ ਹੈ ਨਾ। ਸਭ ਤੋਂ ਪਹਿਲਾਂ ਮੈਨੂੰ ਕੱਲ੍ਹ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮੈਂ ਇਹਨਾਂ ਤੋਂ ਗੁਜ਼ਾਰ ਹਾਂ ਬਾਈ, ਫਲਾਨਾ ਹੈਗਾ, ਕਿਹੜੀ ਗੱਲ ਤੋਂ ਗੁਜ਼ਾਰਾਂ ਬਾਈ, ਕਾਂਗਰਸ ਜੁਆਇਨ ਕਰ ਲਈ ਬਾਈ। ਕਾਂਗਰਸ ਤਾਂ 1984 ਉਹਨਾਂ ਦੀ ਕਾਤਲਾਂ ਦੀ ਜ਼ਿੰਮੇਵਾਰ ਹੈ, ਸਿੱਖ ਕਤਲੇਆਮ ਦੇ ਵਿੱਚ ਉਹ ਉਹਨਾਂ ਦਾ ਹਿੱਸਾ ਰਿਹਾ। ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ, ਸ਼ਾਇਦ ਜੇ ਕਿਸੇ ਮੇਰੇ ਵੀਰ ਨੇ ਧਿਆਨ ਨਾਲ ਪੜ੍ਹਿਆ ਹੋਵੇ, ਸਾਡਾ ਸਿੱਖਾਂ ਦਾ ਕਤਲੇਆਮ ਕੀਤਾ ਕਿਹਨੇ ਨਹੀਂ, ਕਿਹੜੇ ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ, ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ, ਕੀ ਉਹਨਾਂ ਨੇ ਸਾਡਾ ਕਤਲੇਆਮ ਨਹੀਂ ਕੀਤਾ? ਠੀਕ ਹੈ, ਚਲੋ ਇਹ ਜੋ ਚੀਜ਼ ਗਲਤ ਹੈ, ਦੇਖੋ ਆਲਵੇਜ਼ ਮੈਂ ਗਲਤ ਠੋਕ ਕੇ ਕਹੀ ਹੈ ਵੀ ਇਹ ਗਲਤ ਹੈ ਅਤੇ ਅੱਗੇ ਵੀ ਕਹੂੰਗਾ, ਇੰਨੀ ਕੁ ਮੇਰੇ 'ਚ ਹਿੰਮਤ ਹੈਗੀ ਹੈ। ਠੀਕ ਹੈ, ਇੰਨਾ ਕੁ ਤੁਹਾਨੂੰ ਮੇਰਾ ਵੀ ਪਤਾ ਵੀ ਮੈਂ ਕਿਹੋ ਜਿਹੀ ਬਿਰਤੀ ਦਾ ਆਦਮੀ ਹਾਂ। ਠੀਕ ਹੈ ਨਾ, ਜੋ ਗਲਤ ਸੀ ਉਹ ਗਲਤ ਹੈ, ਅੱਜ ਵੀ ਗਲਤ ਹੈ ਅਤੇ ਕੱਲ੍ਹ ਨੂੰ ਵੀ ਗਲਤ ਰਹੋ। ਠੀਕ ਹੈ, ਜੇ ਕੱਲ੍ਹ ਨੂੰ ਵੀ ਕੁਛ ਕੁਛ
मेरे नाल दे कुछ गलत करनगे तो मैं उन्होंने भी ठोक के कहूँगा भी ये गलत है, ठीक है। तो इस चीज़ के मेरा साथ नहीं है कि जेड़े अज पंथक बने फिरते हैं कि उन्होंने 84 के कतलेआम उन्हों का हिस्सा नहीं है। तो दूजी गल तुम ये कह रहे हो भी 1984 का कतलेआम हो गया जी, सालाना हो गया, तू भुल गया, तू गदारी की। मैं तो पार्टी कल ज्वाइन की है वीरे, 21 कल किन तरीक सी, तो मैं तो कल कल पार्टी ज्वाइन करी है वीरे 2021 के आके। 1984 तो बाद 3 वारी सरकार बन गई कांग्रेस की, तो 3 वारी सरकार बनाने वाले वो गदार ने जां मैं गदार हाँ, ये गल दसो मैनू। प्रोपोगंडा ना करया करो मेरा वीर, ठीक है। जे चीज़ा थोड़े ते आउण लगियां, ठीक है, अज्ज कल आपां ये सोचदे हां भी फलाने नाल गल करिए यार उहनू, है ना। मैनू पता है मेरे बारे तो पॉइंट चाहिए हुंदा सारिआं नूं एक भी, जे मैं कुछ कर लिया तां भी इहने क्यों करिआ, है ना। सो मैं तो छोटे छोटे क्वेश्चन पुछणे ने, जे तुहानूं ठीक लगे है ना तो मैनू उस चीज़ों का जवाब दिओ, है ना। 3 वारी वोटां पाउण वाले कौन लोग सीगे, उह कि उह गदार सी, ऐतकी भी सरकार सी, लोगों ने वोटा पाइं, वह तो मैं कांग्रेस ज्वाइन नहीं की, ना मैं वोटा पाइं, ना मेरी साढ़े 3 जने वोटा ना वो सरकार बनी, तो वह कौन लोग से यार। दोहरा स्टैंडर्ड ना लेके चलिया करो मेरा वीर, है ना। मैं पता जिन्ना जिसका नाम होंगे उसनों उस चीज़ की वैल्यू देनी पैंती है, ठीक है ना। मैं समझ रहा सारिया चीज़ों भी की कुछ चल रहा है, मैं कोई बच्चा नहीं हैगा जान भी, मैनू पता नहीं कुछ, मैं सारा कुछ सोच समझ के ही ये फैसला लिया। तो वो मैं फैसला क्यों लिया मैं तुम्हें वह भी रीज़न दसूँगा। हम मैंने सारे कहने तू कांग्रेस ज्वाइन की, दूजिया पार्टियां क्यों नहीं ज्वाइन की, वह भी जवाब दिना। कांग्रेस ज्वाइन करी जे मैं ना करता, एक पार्टी हैगी है, जे मैं वह ज्वाइन कर लेंदा तो तुम उन्होंने कहना सी बेअदबी वाले नाल रले फिरदे हो, बेअदबी करी है इन्होंने, गुरु ग्रंथ साहब के पन्ने पाड़े है। एक पार्टी ने होर अप्रोच करे से उन्होंने वो जो कह रलता फिर तुम कहना किसानों के विरोधी है, यार इन्ने किसान मरे यार तू इन्हें रल गया, फिर भी गदार। एक पार्टी होर से उन्होंने तुम RSS की बी टीम कहने वही रल गया, फिर भी कहना वो यार फलाना आजाद खड़ गया, तो फिर तुम कहना सी यार तू आजाद लोगों वोटा लेके की करेगा, तेरे कोई सिस्टम नहीं, उत्ते तेरी गल नहीं बननी, क्यों एवं लोगों वोटा खराब की, ठीक है ना। सो ये सारिया चीज़ा ने मेरा भरा, तुम मैं दस देंगे, तुम मैं हूँ भी दस दो भी कि सही है, ठीक है ना मेरा भरा। कोई भी बंदा जो कोई स्टैप लै रहा है वो कोई बेवकूफ होकर नहीं लगा मेरा वीर, ठीक है। कंडीशनस देखिए मैं 3 साल हो गए इतने रह रहा, ठीक है। मैंने पहला कोई इंट्रस्ट नहीं सी भी की चली जाना, हूँ तक इंट्रस्ट नहीं सी, ठीक है। 3 साल हो गए इतने रहना, इतने हरेक तीजा बंदा जो तुम किसी सिस्टम जो तरक्की करके जाने ना, तुम आपके पिंडों तरक्की कर दें, तुम कुछ बनते हो, इतने हरेक एक पुलिस अफसर भी यह चाहते भी यार इन्हों सालों जेब च पा, ये मेरे तो स्टेज पर ही पुछ के चढ़िया करे, ठीक है। 3 सालों के मेरे तो 6 परचे हुए, 6 परचों के गुनाह किसी का कुछ भी नहीं, घर बैठे के परचे। सो एक लोग जिन्ना प्रेसर मैं देखे मैं ऐ लगता उदू जे मेरे ना यह कुछ हो सकता तो दूजे लोगों कि कुछ होता होना, है ना। सो ये चीज़ा ने। तो तीजी गल तुम ये कह रहे हो भी ये तो ही ए करके गलत है फलाना धमका, फिर यार मनमोहन सिंह भी तो ऐसे पार्टी ने दिता से वो चीज़ तो तुम करे, ठीक है। मैं कहता पक्ष नहीं लै रहा, मैं मुकदी गल ये है भी यार तुम किसी दला किसी गद्दार किसी ठाठा ठाठा कहना बहुत सौखा होंगे। अजक पता की ट्रेंड चलिया होया भी सोशल मीडिया से सारा प्रचार भी इदा समाज इदा होना चाहिए, समाज सरकार तो घटिया ने जी फलाने घटिया ने फुद्दू ने जी फलाने ने धमके ने, तो फिर इन्हों सही कौन करेगा भाई कि सोशल मीडिया से गाल कढ़ के सोशल मीडिया से ऐ कह के भी यदा घटिए इतने गल मुक जू कि इतों सुधार हो गया सारा कुछ, जे कुछ बदलना मित्रा तो दलदल च पैना पैंदा, ठीक है ना। तो मैं कोई यही नहीं किया भी जो मेरा सिंगिंग करियर मुक गया दूजे कलाकार वागू मैं जाके पार्टी रल गया भी चल हूँ इधरों सही करा, जमा पीक से बैठा इस वक्त अज भी शो है नोएडा के मेरा सोल्ड आउट है, ठीक है ना। तो मैं ये पंगा क्यों लिया, क्योंकि मेरे मन के कुछ ना कुछ सीगा, ठीक है। मैं मेरे दिमाग के जिहड़ियां चीज़ा मैं सोचियां हुई सी मैं वो करनियां ने, ठीक है ना। मैं भी कह सकता सी गाने मैं भी कहता लीडर ने इतने हकदार गोली दे, लीडर हकदार गोली दे कह के गल ने बढ़ गई, इनू सही कौन करूगा। मैं थोनू भी कहना तुम भी आओ चंगे बंद की लौड़ है,
ਜੇ ਤੁਸੀਂ ਇੱਥੇ ਆਪਾਂ ਇੱਥੇ ਗਾਲਾਂ ਕੱਢ ਕੇ ਸੋਸ਼ਲ ਮੀਡੀਆ 'ਤੇ ਗਾਲ ਕੱਢ ਕੇ ਫਲਾਨਾ ਦੱਲਾ ਜੀ, ਫਲਾਨਾ ਗਦਾਰ ਹੈ ਜੀ, ਇਹ ਵਿਕ ਗਿਆ ਜੀ, ਆਹ ਸੀਐਮ ਤਾਂ ਘਟੀਆ ਜੀ, ਆਹ ਸਰਕਾਰ ਤਾਂ ਬਹੁਤ ਘਟੀ ਹੈ ਜੀ, ਐਂ ਕਹਿ ਕੇ ਜੀ ਸੁਧਾਰ ਹੋਊਗਾ ਕਦੋਂ ਦੀ ਕਹੀ ਜਾਂਦੇ ਹੋ, ਹੋਇਆ ਨਹੀਂ ਹੋਇਆ ਨਾ। ਸੋ ਯਾਰ ਜੇ ਤੁਹਾਨੂੰ ਇੰਨਾ ਇੰਨਾ ਕੁਛ ਕਰਕੇ ਨਹੀਂ ਕੁਛ ਹੋ ਰਿਹਾ ਤਾਂ ਉਹ ਕਿਵੇਂ ਹੋਊਗਾ? ਠੀਕ ਹੈ, ਜੇ ਤਲਾਬ ਸਾਫ ਕਰਨਾ ਤਾਂ ਤਲਾਬ ਦੇ ਵਿੱਚ ਉਤਰਨਾ ਪੈਣਾ, ਜੇ ਕੋਈ ਉਤਰਦਾ ਤਾਂ ਉਹਨੂੰ ਤੁਸੀਂ ਸਰਟੀਫਿਕੇਟ ਬਣਨ ਲੱਗ ਜਾਂਦੇ ਹੋ। ਮੈਨੂੰ ਕੋਈ ਪਰਵਾਹ ਨਹੀਂ ਬਾਈ, ਕੋਈ ਇਸ਼ੂ ਨਹੀਂ, ਮੈਂ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਹੀ ਦੇਖੀ ਹੈ ਅਤੇ ਮੈਂ ਇਸ 'ਚ ਵੀ ਬਣਿਆ ਹੋਇਆ। ਠੀਕ ਹੈ ਨਾ, ਮੈਨੂੰ ਪਤਾ ਵੀ ਮੇਰਾ ਮੈਂ ਆਪਦੇ ਦਿਲੋਂ ਕੋਈ ਮਾੜੀ ਚੀਜ਼ ਸੋਚ ਕੇ ਨਹੀਂ ਗਿਆ। ਠੀਕ ਹੈ, ਮਾੜਾ ਕੋਈ ਮਾੜੇ ਕੋਈ ਅਨਸਰ ਨਹੀਂ ਸੀ ਦਿਮਾਗ ਦੇ ਵਿੱਚ, ਮੇਰੇ ਕੋਈ ਮਾੜੀ ਇੰਟੈਂਸ਼ਨ ਨਹੀਂ ਸੀ, ਅਤੇ ਮੈਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਜਾਣ ਜਿੰਨਾ ਚਿਰ ਮੈਨੂੰ ਪਤਾ ਮੇਰੇ ਪਰਮਾਤਮਾ ਨੂੰ ਪਤਾ ਮੈਂ ਠੀਕ ਹਾਂ ਯਾਰ, ਜੋ ਮੈਂ ਕੀਤਾ ਕਿਹੜੀ ਵਜ੍ਹਾ, ਮੈਂ ਕਿਉਂ ਕੀਤਾ। ਠੀਕ ਹੈ, ਉਹ ਮੈਨੂੰ ਪਤਾ, ਕੋਈ ਤੀਜਾ ਬੰਦਾ ਕਹਿ ਰਿਹਾ, ਮੈਨੂੰ ਸਿਰਫ ਆਪਣੇ ਪਰਿਵਾਰ ਨਾਲ ਫਰਕ ਪੈਂਦਾ, ਜਿਹੜੇ ਮੈਨੂੰ ਸੁਣਦੇ ਨੇ, ਜਿਹੜੇ ਮੇਰੇ ਨਾਲ ਰਹਿੰਦੇ ਨੇ, ਜਿਨ੍ਹਾਂ ਨੇ ਮੈਨੂੰ ਪਿਆਰ ਕਰਕੇ ਇਸ ਤੱਕ ਪਹੁੰਚਾਇਆ, ਅਤੇ ਉਹਨਾਂ ਨੂੰ ਮੇਰਾ ਕਲੀਅਰ ਕਰਨਾ ਬਣਦਾ ਵੀ ਮੇਰੇ ਵੀਰ ਆਹ ਚੀਜ਼ ਹੈ, ਆਹ ਚੀਜ਼। ਬਾਕੀ ਇੱਥੇ ਸਰਟੀਫਿਕੇਟ ਮੈਂ ਪਹਿਲਾਂ ਹੀ ਕਹਿੰਦਾ ਸੀਗਾ ਵੀ 295 ਗਾਣੇ 'ਚ ਵੀ ਮੈਂ ਤੁਹਾਨੂੰ ਠੋਕ ਕੇ ਕਿਹਾ ਸੀ ਵੀ ਕੌਣ ਕੁੱਤਾ ਕੌਣ ਦੱਲਾ ਕੰਜਰਿਆ ਕਹਿਣ ਇੱਥੇ ਸਰਟੀਫਿਕੇਟ ਦੇਣ ਫੇਸਬੁੱਕਾਂ 'ਤੇ। ਸਰਟੀਫਿਕੇਟ ਤਾਂ ਮੈਨੂੰ ਮਿਲਦੇ ਨੇ ਅਤੇ ਨਾ ਮੈਨੂੰ ਸਰਟੀਫਿਕੇਟਾਂ ਦੀ ਪਰਵਾਹ ਹੈ। ਠੀਕ ਹੈ, ਕਿਉਂਕਿ ਮੈਂ ਹਿੰਮਤ ਰੱਖਦਾ ਜੋ ਮੈਂ ਕਿਹਾ ਉਸ ਚੀਜ਼ 'ਤੇ ਸਟੈਂਡ ਕਰਨ ਦੀ, ਅਤੇ ਜਿੱਥੇ ਕੋਈ ਚੀਜ਼ ਗਲਤ ਹੋ ਉਹ ਗਲਤ ਹੈ। ਠੀਕ ਹੈ, ਅਤੇ ਗਲਤ ਦਾ ਖਿਲਾਫਤ ਕਰਨ ਲਈ ਅਸੀਂ ਇੱਥੇ ਹੈਗੇ ਹਾਂ। ਠੀਕ ਹੈ, ਅਤੇ ਆਲਵੇਜ਼ ਜਿਹੜੀ ਚੀਜ਼ ਗਲਤ ਉਹਨੂੰ ਠੋਕ ਕੇ ਗਲਤ ਵੀ ਕਹਾਂਗੇ। ਠੀਕ ਹੈ, ਇਹ ਨਹੀਂ ਹੈਗਾ ਵੀ ਜਾਂ ਕੋਈ ਚੁੱਪ ਕਰ ਜਾਵਾਂਗੇ ਜਾਂ ਕੁਛ ਹੋਰ ਨਾ, ਅੱਜ ਤੱਕ ਚੁੱਪ ਕਰੇ ਹਾਂ। ਜੇ ਮੈਂ ਚੁੱਪ ਕਰਨਾ ਹੁੰਦਾ ਤਾਂ ਮੈਂ ਹੁਣ ਵੀ ਇੱਥੇ ਲਾਈਵ ਨਾ ਹੁੰਦਾ, ਮੈਂ ਬਹਿ ਜਾਂਦਾ ਵੀ ਯਾਰ ਕੋਈ ਨਹੀਂ, ਮੈਂ ਤਾਇਰ ਕਰਦੀ ਜੋ ਕੱਢੀ ਜਾਂਦੇ ਲੋਕਾਂ ਨੂੰ ਗਾਣਾ। ਠੀਕ ਹੈ, ਗਾਲਾਂ ਕੱਢਣਾ ਮੈਨੂੰ ਫਰਕ ਨਹੀਂ ਪੈਂਦਾ, ਪਰ ਕੁਛ ਕੁ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨਾਲ ਮੈਨੂੰ ਫਰਕ ਪੈਂਦਾ। ਤੀਜੀ ਗੱਲ ਇਹ ਸੀ ਵੀ ਉਹ ਕਿਉਂ ਗਿਆ, ਮੈਂ ਕਿਉਂ ਇਹ ਪੋਲੀਟਿਕਸ ਦੇ ਵਿੱਚ ਕਿਉਂ ਆਇਆ। 3 ਸਾਲ ਹੋ ਗਏ, 4 ਸਾਲ ਹੋ ਗਏ, ਪਹਿਲਾ ਗਾਣਾ ਮੇਰਾ ਇਹ ਆਇਆ ਸੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਜਦੇ, ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਸ਼ੁਰੂ ਤੋਂ, ਪਿੰਡ ਮਾਨਸਾ ਏਰੀਆ ਗਾਣਿਆਂ 'ਚ ਕਹਿ ਕੇ ਯਾਰ ਕੋਈ ਇੰਪਰੂਵਮੈਂਟ ਨਹੀਂ ਹੁੰਦੇ। ਠੀਕ ਹੈ, ਨਾਮ ਬਹੁਤ ਬਣ ਗਿਆ ਬਾਬੇ ਦੀ ਕਿਰਪਾ ਨਾਲ, ਦੁਨੀਆ ਜਾਣਦੀ ਹੈ। ਪਹਿਲਾਂ ਕਾਲਜ 'ਚ ਜਾਂਦੇ ਹੁੰਦੇ ਸੀ ਕਿਸੇ ਨੂੰ ਪਤਾ ਤੱਕ ਨਹੀਂ ਸੀ ਹੁੰਦਾ ਵੀ ਮਾਨਸਾ ਕਿੱਥੇ ਹੈ, ਕੁਛ ਨਹੀਂ। ਪਰ ਯਾਰ ਜੇ ਤੁਹਾਡਾ ਨਾਮ ਹੈ, ਸਾਰਾ ਕੁਛ ਤੁਹਾਡੇ ਨਾਮ ਦਾ, ਨਾਮ ਤਾਂ ਸਾਰੀ 100 ਕਲਾਕਾਰ ਹੋਰ ਹੈ ਜਿਨ੍ਹਾਂ ਦੇ ਅੱਜ ਸ਼ੋਅ ਲੱਗਦੇ ਨੇ, ਗਾਣੇ ਚੱਲਦੇ ਨੇ, ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ, ਠੀਕ ਹੈ ਜੋ ਹੋਊਗਾ ਠੀਕ ਹੈ ਮੈਂ ਕਰ ਲੂੰਗਾ ਬਸ, ਠੀਕ ਹੈ ਨਾ, ਮੈਂ ਆਪਦੇ 4 ਪੈਸੇ ਇਕੱਠੇ ਕਰਦਾ, ਮੈਂ ਆਪਦੇ ਪਰਿਵਾਰ ਬਾਰੇ ਸੋਚਾਂ, ਮੈਂ ਬਾਕੀ ਸਾਰਾ ਕੁਛ ਜਾਵੇ ਖੂਹ ਖਾਤੇ 'ਚ, ਮੈਂ ਕੀ ਲੈਣਾ। ਠੀਕ ਹੈ, ਮੈਂ ਵੀ ਉਹਨਾਂ ਵਾਂਗੂ ਰਹਿ ਸਕਦਾ ਸੀ, ਮੈਂ ਆਪਦੇ ਲੋਕਾਂ 'ਚ ਕਿਉਂ ਰਹਾਂ। ਇਹ ਉਸਤਾਦ ਕਿਸੇ ਕਿਸੇ ਬੰਦੇ 'ਚ ਕੁਆਲਿਟੀਆਂ ਹੁੰਦੀਆਂ ਨੇ ਅਤੇ ਉਹ ਇਸ ਚੀਜ਼ ਨੂੰ ਨਿਭਾਉਣਾ ਜਾਣਦਾ। ਠੀਕ ਹੈ, ਜੇ ਮੈਂ ਉੱਥੇ ਰਹਿ ਰਿਹਾ ਤਾਂ ਮੈਂ ਉੱਥੋਂ ਦੇ ਲੋਕਾਂ ਨਾਲ ਖੜ੍ਹਨਾ ਵੀ ਜਾਣਦਾ। ਠੀਕ ਹੈ ਨਾ, ਸਾਡੇ ਇਲਾਕੇ ਦੇ ਹਾਲਾਤ ਕੈਂਸਰ ਬੈਲਟ ਕਹਿੰਦੇ ਸਾਨੂੰ। ਠੀਕ ਹੈ, 2012 ਦੇ ਵਿੱਚ +2 ਕਰਕੇ ਜਦੋਂ ਪੜ੍ਹਨ ਗਿਆ, ਸਾਡਾ ਕੋਈ ਕਾਲਜ ਨਹੀਂ, ਲੁਧਿਆਣੇ ਪੜ੍ਹਨਾ ਪਿਆ। ਠੀਕ ਹੈ, ਫਿਰ ਬਾਹਰ ਜਾਣਾ ਪਿਆ ਜੇ ਸਾਰੇ ਉੱਥੇ ਓਪਰਚੁਨਿਟੀ ਆਉਣ, ਇਕੱਲੇ ਗਾਣਿਆਂ 'ਚ ਨਾਮ ਲੈਣ ਨਾਲ ਹਲਕਾ ਨਹੀਂ ਉੱਚਾ ਹੁੰਦਾ ਹੁੰਦਾ। ਬਾਕੀ ਮੇਰੇ 'ਤੇ ਤਾਂ ਇਲਜ਼ਾਮ ਸਾਰੇ ਕਿਤੇ ਕਹੀ ਜਾਂਦੇ ਰਹਿੰਦੇ ਨੇ ਵੀ ਤੂੰ ਐਂ ਕਰਤਾ ਤੂੰ ਐਂ ਕਰਤਾ, ਮਿੱਤਰ ਗਾਲਾਂ ਕੱਢਣੀ ਕੋਈ ਇਸ਼ੂ ਨਹੀਂ ਹੈਗਾ, ਮੈਨੂੰ ਮਾੜਾ ਚੰਗਾ ਕਹਿਣਾ ਨਾ ਮੈਨੂੰ ਉਸ ਚੀਜ਼ ਨਾਲ, ਮੇਰੀ ਕਿਸਮਤ ਹੈ ਇਹ। ਠੀਕ ਹੈ, ਮੇਰੀ ਕਿਸਮਤ ਦੇ ਵਿੱਚ ਵੜਿਆਈ ਵੀ ਲਿਖੀ ਹੈ, ਮੇਰੀ ਕਿਸਮਤ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ ਹੈ ਨਾ। ਸੋ ਇਹ ਚੀਜ਼ਾਂ ਮੇਰੇ ਨਾਲ ਵੀ ਹੋ ਸਕਦੀਆਂ ਸੀ, ਹੈ ਨਾ, ਮੇਰੇ ਨਾਲ ਹੋ ਵੀ ਰਹੀਆਂ ਨੇ, ਅਤੇ ਵੀ ਇਹਨਾਂ ਚੀਜ਼ਾਂ ਦਾ ਮੈਨੂੰ ਕੋਈ ਫਰਕ ਨਹੀਂ ਹੈਗਾ, ਕਿਉਂਕਿ ਮੈਨੂੰ ਪਤਾ ਵੀ ਮੈਂ ਸਾਫ ਦਿਲ ਨਾਲ ਤਰੀਕੇ ਨਾਲ, ਹੈ ਨਾ, ਆਪਣੇ ਉਸ ਹਿਸਾਬ ਕਿਤਾਬ ਨਾਲ ਚੱਲ ਰਿਹਾ ਜਿਹੜਾ ਮੈਨੂੰ ਪਤਾ ਵੀ ਮੈਂ ਕਰਨਾ ਕੀ ਹੈ ਕੀ ਨਹੀਂ ਕਰਨਾ। ਅਤੇ ਨਾਲੇ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਸੋਸ਼ਲ ਮੀਡੀਆ 'ਤੇ ਬੋਲ ਕੇ ਸਾਰਾ ਕੁਛ ਕਰਕੇ ਕੀ ਸੁਧਾਰ ਹੋ ਜੂ ਕਿਸੇ ਚੀਜ਼ ਦਾ? ਨਹੀਂ ਹੁੰਦਾ ਬਾਈ। ਠੀਕ ਹੈ ਨਾ, ਅਤੇ ਨਾਲੇ ਜਿਹੜੀਆਂ ਤੁਸੀਂ ਪਾਰਟੀਆਂ ਨੇ, ਤੁਸੀਂ ਇਹ ਕਿਉਂ ਜੁਆਇਨ ਕੀਤੀ, ਉਹ ਕਿਉਂ ਜੁਆਇਨ ਕੀਤੀ, ਅਤੇ ਤੁਸੀਂ ਦੁਬਾਰਾ ਦੂਜੀਆਂ ਕਿਹੜੀਆਂ ਨੇ, ਉਹਨਾਂ 'ਚੋਂ ਜੁਆਇਨ ਕਰ ਲੈਂਦੇ, ਮੈਨੂੰ ਦੱਸ ਦਿਓ। ਫਿਰ ਜੇ ਉਹਨਾਂ ਨੂੰ ਜੁਆਇਨ ਕਰ ਲੈਣਾ, ਫਿਰ ਤੁਸੀਂ ਉਹਨਾਂ ਨੂੰ ਕਹਿਣਾ ਯਾਰ ਇਹ ਤਾਂ ਮਾੜੀ ਹੈ, ਇਹ ਤਾਂ ਇਹ ਹੈ, ਫਲਾਨਾ ਧਮਕਾ, ਹੈ ਨਾ। ਅਤੇ ਜਦੋਂ ਤੁਸੀਂ ਇੱਥੇ ਰਹਿੰਦੇ ਉਹਨਾਂ ਉਦੋਂ ਤੱਕ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹ ਤਾਂ ਦੂਰ ਆ। ਹੁਣ ਕਈ ਮੇਰੇ ਭਰਾ ਨੇ ਬਾਹਰੋਂ ਕਹੀ ਜਾਂਦੇ ਨੇ ਵੀ ਯਾਰ ਭਾਵੇਂ ਫੁੱਦੂ ਸਰਕਾਰਾਂ ਨੇ, ਇਹ ਫਲਾਨਾ ਨੇ, ਇਹ ਧਮਕਾ ਨੇ, ਇਹ ਨੇ। ਭਾਈ ਯਾਰ ਫਿਰ ਸੋਸ਼ਲ ਮੀਡੀਆ 'ਤੇ ਬੋਲ ਕੇ ਕੀ ਹੋਜੂ? ਜੇ ਸਰਕਾਰਾਂ ਸਿਸਟਮ ਬਦਲਣਾ, ਪਹਿਲਾਂ ਬੀ ਦਾ ਪਾਰਟ ਆਫ ਦਾ ਸਿਸਟਮ, ਸਿਸਟਮ 'ਚ ਆਓ, ਹਿੰਮਤ ਰੱਖੋ ਬਦਲਣ ਦੀ, ਲੀਗਲੀ ਜਾਣ ਲੀਗਲੀ ਜਾ ਕੇ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਕਿ ਇੰਟਰਨੈਟ 'ਤੇ ਬੋਲ ਕੇ ਵੀ ਐਂ ਫਲਾਨਾ ਜੀ ਇਹਦਾ ਧਮਕਿਆ ਜੀ, ਜੇ ਉੱਧਰ ਜਾ ਵੜਿਆ ਤਾਂ ਫਲਾਨਾ ਉੱਧਰ, ਆਪ ਤੁਸੀਂ ਜੋ ਮਰਜ਼ੀ ਕਰੋ, ਹੈ ਨਾ, ਸਮਾਰਟਫੋਨਾਂ ਪਿੱਛੇ ਵੋਟਾਂ ਪਾਓ, ਹੈ ਨਾ, ਹੋਰ ਚੀਜ਼ਾਂ ਪਿੱਛੇ ਵੋਟਾਂ ਪਾਓ, ਦਾਰੂ ਪਿੱਛੇ ਵੋਟਾਂ ਪਾਓ, ਜਦੋਂ ਦੂਜੇ ਨੇ ਪਾ ਲਿਆ ਤਾਂ ਹਾਂ ਬਈ ਉਹ ਸਾਂ ਵੀ ਪੁੱਛ ਕੇ ਲਵੇ,
ਐ ਨਹੀਂ ਹੁੰਦਾ ਮੇਰਾ ਵੀਰ, ਠੀਕ ਹੈ। ਜਦੋਂ ਕੋਈ ਬੰਦਾ ਰੇਸ ਰੇਸ 'ਚ ਚੱਲਦਾ ਨਾ ਵੱਡੀ 'ਚ, ਤਾਂ ਲੋਕ ਉਹ ਤੋਂ ਐਕਸਪੈਕਟ ਕਰਦੇ ਨੇ ਵੀ ਹਾਂ ਯਾਰ ਜੇ ਬੰਦਾ ਇਹਦਾ ਨਾਮ ਹੈ ਤਾਂ ਇਹ ਤੋਂ ਯਾਰ ਕੋਈ ਫਾਇਦਾ ਲਿਆ ਜਾਵੇ, ਕੁਛ ਨਾ ਕੁਛ ਚੰਗਾ ਕੀਤਾ ਜਾਵੇ, ਹੈ ਨਾ। ਵੀ ਇਹਦਾ ਨਾਮ ਲੈ ਕੇ ਖੋਰੇ ਇਹਨੂੰ ਜਾਣਦੇ ਹੋਣਗੇ ਲੋਕ ਯਾਰ ਵੀ ਆਪਾਂ ਇਹ ਤੋਂ ਕੰਮ ਕਰਾ ਲਈਏ, ਠੀਕ ਹੈ। ਅਤੇ ਬਹੁਤ ਇਹ ਮੇਰੀ ਕੋਈ ਇਕੱਲੇ ਨਹੀਂ, ਕੋਈ ਫੇਮ ਦਾ ਮੇਰੇ ਕੋਲ ਕੋਈ ਪੈਸੇ ਦੀ ਕਮੀ ਨਹੀਂ, ਕੋਈ ਅੱਜ ਫੇਮ ਦੀ ਕਮੀ ਨਹੀਂ। ਅੱਜ ਮੈਂ ਉਹਦਾ ਟੋਪ ਆਫ ਮਾਈ ਕਰੀਅਰ, ਠੀਕ ਹੈ ਨਾ, ਮੋਸਟ ਸਟ੍ਰੀਮਡ ਆਰਟਿਸਟ। ਕੱਲ੍ਹ ਵੀ ਦੇਖਿਆ ਤੁਸੀਂ, ਤੁਹਾਡੇ ਪਿਆਰ ਨਾਲ ਇੰਨਾ ਕੁ ਸਾਰਾ ਕੁਛ ਮਿਲਿਆ ਹੋਇਆ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਠੀਕ ਹੈ। ਜੇ ਫਿਰ ਵੀ ਕੁਛ ਕਰ ਰਿਹਾ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਹੈ, ਠੀਕ ਹੈ। ਮੈਨੂੰ ਕੋਈ MLA ਕੌਣ ਨਾਲ, MLA ਨਾਲ ਦੂਣਾ ਤੀਣਾ ਰੁਤਬਾ, MLA ਸਿਰਫ ਇੱਕ ਹਲਕੇ ਦਾ ਹੁੰਦਾ, ਠੀਕ ਹੈ। ਅਤੇ ਮੈਂ ਸਾਰੀ ਦੁਨੀਆ ਇੰਨਾ ਪਿਆਰ ਕਰਦੇ ਜਿੱਥੇ ਜਾਂਦੇ ਹਾਂ, ਹੈ ਨਾ, ਲੋਕ ਪੈਰਾਂ ਥੱਲੇ ਹੱਥ ਦਿੰਦੇ ਨੇ, ਹੈ ਨਾ, ਇੰਨਾ ਮਾਣ ਸਤਿਕਾਰ ਦਿੰਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਮੇਰਾ ਵੀਰ, ਨੈਗੇਟਿਵਿਟੀ ਕਰਨੀ ਹੈ ਜੀ ਸਦਕੇ ਕਰੋ, ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਜੇ ਤੁਸੀਂ ਇਹੀ ਚੀਜ਼ ਦਾ ਮਾਹੌਲ ਬਣਾਈ ਰੱਖਿਆ ਨਾ ਵੀ ਫਲਾਨਾ ਗਿਆ ਫਲਾਨੇ ਨੂੰ ਫੜ ਲਓ, ਫਲਾਨਾ ਗਿਆ ਫਲਾਨੇ ਨੂੰ ਫੜ ਲਓ, ਕਿਸੇ ਬੰਦੇ ਨੇ ਹਿੰਮਤ ਨਹੀਂ ਕਰਨੀ ਇਸ ਚੀਜ਼ ਦੇ ਵਿੱਚ ਆਉਣ ਦੀ, ਠੀਕ ਹੈ। ਜੇ ਮੈਂ ਅੱਜ ਜੁਆਇਨ ਕਰਿਆ ਤਾਂ ਮੈਂ ਸਾਰਿਆਂ ਨੂੰ ਕਹਿਣਾ ਵੀ ਆਓ ਯਾਰ, ਕੋਈ ਵੀ ਪਾਰਟੀ ਜੁਆਇਨ ਕਰੋ, ਆਓ ਚੰਗੇ ਬੰਦੇ ਆਓ ਤਾਂ ਸਹੀ, ਇਕੱਲੇ ਮਾੜਿਆਂ ਨੂੰ ਨਿੰਦ ਕੇ ਚੰਗਾ ਥੋੜ੍ਹੀ ਬਣਿਆ ਜਾਂਦਾ, ਮਾੜਿਆਂ ਨਾਲ ਖਹਿ ਕੇ ਉਹਨਾਂ ਨੂੰ ਸਿਸਟਮ 'ਚੋਂ ਰਿਮੂਵ ਕਰਕੇ ਫਿਰ ਚੰਗਾ ਬਣਾਇਆ ਜਾਂਦਾ, ਠੀਕ ਹੈ ਨਾ। ਆਪਾਂ ਇੱਥੇ ਜਾ ਕੇ ਈਜ਼ੀਲੀ ਕਹਿ ਜਾਂਦੇ ਹਾਂ, ਬਾਹਰ ਬੈਠੇ ਲੋਕ ਕਹੀ ਜਾਂਦੇ ਨੇ ਵੀ ਯਾਰ ਇਹ ਤਾਂ ਜੀ ਫਲਾਨੇ ਨੇ ਤਾਂ ਧਮਕੇ ਨੇ ਤਾਂ ਗਦਾਰ ਨਿਕਲ ਗਏ, ਗਦਾਰ ਸ਼ਬਦ ਦੀ ਵੀਰੇ ਪਰਿਭਾਸ਼ਾ ਸਮਝ ਕੇ ਆਓ ਮੇਰਾ ਵੀਰ। ਅਤੇ ਜੇ ਆਪਾਂ ਗਦਾਰਾਂ ਦੀ ਲਿਸਟ ਫੁੱਲਣ ਲੱਗ ਜਾਈਏ ਤਾਂ ਤੁਹਾਨੂੰ ਮੈਂ ਕਹਿੰਦਾ ਤੁਹਾਡੇ ਤੋਂ ਸਹਿ ਨਹੀਂ ਹੋਣਾ, ਦੇਖ ਨਹੀਂ ਹੋਣਾ ਵੀ ਕੌਣ ਕੌਣ ਗਦਾਰ ਹੈ ਇੱਥੇ, ਠੀਕ ਹੈ ਨਾ। ਜਿਹੜੀਆਂ ਜਿਹੜੇ ਲੋਕ ਪੰਥ ਘਕਾਉਂਦੇ ਸੀ ਉਹ ਲੋਕ ਉੱਥੇ ਅੱਤਵਾਦੀ ਕਹਿ ਕੇ ਨਿਕਲੇ ਨੇ, ਠੀਕ ਹੈ ਨਾ। ਕਿੰਨੇ ਸਾਲ ਹੋ ਗਏ ਜਿਹੜੇ ਬੰਦੇ ਨੇ ਇਸ ਚੀਜ਼ 'ਤੇ ਰਾਜਨੀਤੀ ਕੀਤੀ ਹੈ, ਰੋਟੀਆਂ ਖਾਧੀਆਂ ਨੇ, ਸਭ ਤੋਂ ਵੱਡੇ ਗਦਾਰ ਉਹ ਨੇ, ਠੀਕ ਹੈ ਨਾ। ਮੈਂ ਕਿਸੇ ਦੀ ਉਹ ਨਹੀਂ, ਕਿਸੇ ਨੂੰ ਮੈਂ ਖਿਲਾਫ਼ ਨਹੀਂ ਕਹਿ ਰਿਹਾ, ਕਿਸੇ ਦੇ ਮੈਂ ਹੱਕ 'ਚ ਨਹੀਂ ਜਾ ਰਿਹਾ, ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਪਹਿਲਾਂ ਜਾ ਕੇ ਕਲੀਅਰ ਯੋਰ ਫੈਕਟਸ, ਹਿਸਟਰੀ ਪੜ੍ਹੋ ਜਾ ਕੇ, ਠੀਕ ਹੈ ਨਾ। ਅਤੇ ਦੂਜੀ ਗੱਲ, ਅਸੀਂ ਇਸ ਸਿਸਟਮ ਦੇ ਵਿੱਚ ਕਿਉਂ ਆਏ ਹਾਂ ਕਿ ਇਹ ਦੁਬਾਰੇ ਕਦੇ ਇਹ ਚੀਜ਼ਾਂ ਨਾ ਹੋਣ, ਠੀਕ ਹੈ। ਜੇ ਕੁਛ ਚੰਗੇ ਬੰਦੇ ਹੋਣ ਉਸ ਚੀਜ਼ਾਂ ਨੂੰ ਰੋਕ ਸਕਣ, ਠੀਕ ਹੈ, ਅਤੇ ਉਹ ਚੰਗਿਆਂ ਦੇ ਵਿੱਚੋਂ ਤੁਸੀਂ ਵੀ ਆ ਸਕਦੇ ਹੋ, ਆਓ ਤੁਸੀਂ ਸਿਸਟਮ ਕਲੀਅਰ ਕਰੀਏ, ਸਾਫ਼ ਕਰੀਏ, ਖੜੋ ਵੋਟਾਂ ਦੇ ਵਿੱਚ, ਇਲੈਕਟ ਹੋਵੋ, ਵਿਧਾਨ ਸਭਾ 'ਚ ਜਾਓ, ਵਿਧਾਨ ਸਭਾ 'ਚ ਜਾ ਕੇ ਗੱਲ ਕਰੋ ਵੀ ਭਾਈ ਆਹ ਸਾਡਾ ਮੁੱਦਾ, ਸਾਡਾ ਹੱਕ ਹੈ, ਕਰੋ ਹੱਲ, ਠੀਕ ਹੈ ਨਾ। ਬੋਤਲ ਲੈ ਕੇ ਵੋਟ ਪਾਉਣ ਨਾਲ ਸਮਾਜ ਨਹੀਂ ਸੁਧਰਦਾ ਵੀਰੇ, ਨਾ ਹੀ ਸੋਸ਼ਲ ਮੀਡੀਆ 'ਤੇ ਗਾਲਾਂ ਕੱਢਣ ਨਾਲ ਸੁਧਰਦਾ, ਅਤੇ ਨਾ ਹੀ ਉਹਨਾਂ ਬੰਦਿਆਂ ਨੂੰ ਤੁੰਨ ਕੇ ਸੁਧਰਦਾ ਜਿਹੜੇ ਇਸ ਚੀਜ਼ ਦਾ ਉੱਦਾ ਕਰਦੇ ਨੇ, ਠੀਕ ਹੈ। ਕਲਾਕਾਰ ਯਾਰ ਹੋਰ 20-30 ਨੇ ਜਿਨ੍ਹਾਂ ਦੇ 100-100 ਮਿਲੀਅਨ ਗਾਣੇ ਜਾਂਦੇ, ਉਹ ਕਿਉਂ ਨਹੀਂ ਆਉਂਦੇ? ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ। ਜੇ ਕੋਈ ਬੰਦਾ ਆਉਂਦਾ ਤਾਂ ਉਹਨੂੰ ਇਸ ਤਰੀਕੇ ਨਾਲ ਨਾ ਦੇਖਿਆ ਕਰੋ ਵੀ ਇਹਨੂੰ ਕੋਈ ਫੇਮ ਦੀ ਲੋੜ ਆ ਜਾਂ ਕੁਛ ਹੋਰ ਲੋੜ ਆ, ਫਲਾਨੇ ਥੱਲੇ ਲੱਗ ਗਿਆ, ਧਮਕੇ ਥੱਲੇ ਲੱਗ ਗਿਆ, ਥੱਲੇ ਮੈਂ ਤਾਂ ਪਰਮਾਤਮਾ 'ਚ ਲੱਗਿਆ ਹੋਇਆ ਮੇਰਾ ਵੀਰ, ਠੀਕ ਹੈ। ਉਸ ਦੇ ਮੇਰੇ 'ਤੇ ਉਸ ਨੇ ਮੈਨੂੰ ਇਹ ਵਿਧੀ ਬਣਾਈ ਹੈ ਵੀ ਮੈਂ ਜਾ ਰਿਹਾ, ਠੀਕ ਹੈ, ਮੈਂ ਆਪਦੇ ਲੋਕਾਂ ਵਾਸਤੇ ਕੁਛ ਨਾ ਕੁਛ ਕਰਨਾ, ਇਕੱਲਾ ਗਾਣਿਆਂ ਦੇ ਵਿੱਚ ਕਹਿ ਕੇ ਵੀ ਸਾਡਾ ਪਿੰਡ ਹੈ ਸਾਡਾ ਮਾਨਸਾ, ਉਹ ਗੱਲ ਨਹੀਂ ਬਣਦੀ ਮੇਰਾ ਭਰਾ, ਠੀਕ ਹੈ ਨਾ। ਇੱਥੇ ਹਰੇਕ ਬੰਦਾ ਕੋਸ਼ਿਸ਼ ਕਰਦਾ, ਮੇਰੀ ਮੈਨੂੰ ਪਰਮਾਤਮਾ ਨੇ, ਹਰੇਕ ਕੋਲ ਫੇਮ ਆਉਂਦੀ, ਹਰੇਕ ਨੇ ਫੇਮ ਆਪਦੇ ਟੱਬਰ ਵਾਸਤੇ ਵਰਤੀ, ਆਪਦੇ ਪਰਿਵਾਰ ਵਾਸਤੇ ਵਰਤੀ। ਜੇ ਮੈਂ ਆਪਣੀ ਕਮਾਈ 'ਚੋਂ ਕੁਛ ਹਿੱਸਾ ਉੱਧਰ ਵਰਤਣਾ ਚਾਹੁੰਦਾ ਤਾਂ ਮੈਨੂੰ ਵਰਤ ਲੈਣ ਦਿਓ। ਬਾਕੀ ਜੇ ਕੋਈ ਕੁਸ਼ਚਨ ਤੁਹਾਡੇ ਦਿਮਾਗ ਦੇ ਵਿੱਚ ਹੋਇਆ, ਐਨੀ ਟਾਈਮ, ਐਨੀ ਵੇਅਰ, ਜਿੱਥੇ ਮਰਜ਼ੀ ਖੜਾ ਕੇ ਪੁੱਛ ਲਓ। ਹਾਂ, ਕੱਲ੍ਹ ਨੂੰ ਸਰਕਾਰ ਬਣਦੀ ਹੈ, ਮੈਂ ਬਣ ਕੇ ਮਤਲਬ ਕੁਛ ਨਾ ਕਰਿਆ, ਫਿਰ ਤੁਹਾਡੀਆਂ ਗੱਲਾਂ ਸਿਰ ਮੱਥੇ ਬਾਈ, ਹੈ ਨਾ, ਠੀਕ ਹੈ। ਵੀ ਬਾਕੀ ਗੱਲਾਂ ਦਾ ਜਵਾਬ ਤਾਂ ਮੈਂ ਬਹਿਸ ਤਾਂ ਮੈਂ ਸਕਦਾ ਹੀ ਨਹੀਂ ਕਿਸੇ ਚੀਜ਼ ਦੇ ਵਿੱਚ ਵੀ, ਜਾਂ ਬਹਿਸ ਸਹੀ ਹੋ ਜਾਂਦਾ। ਮੈਂ ਕਹਿੰਦਾ ਵੀ ਤੁਹਾਨੂੰ ਕੁਛ ਲੱਗਦਾ ਵੀ ਹੈ ਜਾਂ ਕੁਛ ਇੱਦਾਂ ਦਾ, ਆਓ ਬੈਠੋ ਮੇਰੇ ਨਾਲ ਗੱਲ ਕਰੋ, ਹੈ ਨਾ। ਸੋ ਮੇਰਾ ਵੀਰ, ਇੱਥੇ ਸਾਰੇ ਬੰਦੇ ਚੰਗਾ ਚਾਹੁੰਦੇ ਨੇ, ਸੁਧਾਰ ਚਾਹੁੰਦੇ ਨੇ, ਠੀਕ ਹੈ ਨਾ। ਕੋਈ ਬੰਦਾ ਜੇ ਕੋਈ ਚੰਗੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਯਾਰ, ਹੁਣ ਤੁਸੀਂ ਇਹ ਨਾ ਕਰਿਆ ਕਰੋ ਵੀ ਹਾਂ ਯਾਰ ਇਹ ਤਾਂ ਫਲਾਨਾ ਹੋ ਗਿਆ, ਧਮਕਾ ਹੋ ਗਿਆ, ਤਾਂ ਗੱਦਾਰ ਹੋ ਗਿਆ, ਠੀਕ ਹੈ ਨਾ। ਮੈਂ ਉਹੀ ਤੁਹਾਨੂੰ ਕੁਸ਼ਚਨ ਇਹ ਇਸੇ ਕਰਕੇ ਪੁੱਛਿਆ ਵੀ 3 ਸਾਲ ਤੁਸੀਂ ਸਰਕਾਰ ਬਣਾਈ, ਤੁਹਾਡਾ ਤੁਸੀਂ ਦੱਸੋ ਗੱਦਾਰ ਹੈਗੇ ਹੋ ਕਿ ਨਹੀਂ ਹੈਗੇ? ਫਿਰ ਤਾਂ ਕੱਲ੍ਹ ਜੁਆਇਨ ਕੀਤੇ, ਚਲੋ ਮੈਂ ਤਾਂ ਗੱਦਾਰ ਹਾਂ, ਠੀਕ ਹੈ। ਇਹ ਹੱਲ ਨਹੀਂ ਹੈਗਾ ਇਸ ਚੀਜ਼ ਦਾ। ਘੱਟੋ ਘੱਟ ਜੇ ਤੁਸੀਂ ਕੁਛ ਆਪ ਨਹੀਂ ਕਰਨਾ ਤਾਂ ਕਿਸੇ ਬਾਰੇ ਕੁਛ, ਜੋ ਕਰ ਰਿਹਾ ਉਹਨੂੰ ਕਰ ਲੈਣ ਦਿਓ, ਉਹਨੂੰ ਨਾ ਰੋਕੋ। ਨਹੀਂ ਤਾਂ ਕਿਸੇ ਨੇ ਹਿੰਮਤ ਹੀ ਨਹੀਂ ਕਰਨੀ ਇੱਧਰ ਆਉਣ ਦੀ। ਅਗਲਾ ਕਹਿੰਦਾ ਯਾਰ ਮੇਰੇ 4 ਪੈਸੇ ਬਣਦੇ ਆ, ਇਕੱਠੇ ਕਰਕੇ ਸ਼ੋਅ ਲਾਉਣਾ, ਪੈਸੇ ਫੜ ਕੇ ਆਪਣੇ ਘਰ ਜਾਵਾਂ, ਆਪਣੀ ਜ਼ਿੰਦਗੀ ਦੇ ਨਜ਼ਾਰੇ ਲਵਾਂ, ਮੈਂ ਕੀ ਲੈਣਾ ਇਹਨਾਂ ਤੋਂ, ਠੀਕ ਹੈ। ਆਪਦੇ ਕੰਮਾਂ ਜੋ ਕਿ ਪਹਿਲਾਂ ਵੀ ਸੀਗੇ ਕਰਵਾ ਲੈਂਦੇ ਸੀ, ਠੀਕ ਹੈ। ਜੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਹੈ ਨਾ, ਪੋਜ਼ੀਟਿਵ ਰੱਖਿਆ ਕਰੋ ਸਾਰਾ ਕੁਛ। ਬਾਕੀ ਕੋਈ ਦੂਜੀ ਗੱਲ, ਮੈਂ ਜਿਹੜਾ ਲਾਈਵ ਹੋਇਆ, ਮੈਂ ਕਿਸੇ ਨੂੰ
ਕਿਸੇ ਨੂੰ ਕੁਛ ਇਹ ਕਹਿਣ ਦੀ ਕੋਈ ਯਾਨੀ ਕਿ ਮੈਂ ਆਪਣੇ ਆਪ ਪੋਜ਼ਿਟਿਵਿਟੀ ਕਰਨ ਦੀ ਜਾਂ ਕੁਛ ਹੋਰ ਜਾਂ ਸਫਾਈ ਦੇਣ ਵਾਸਤੇ ਨਹੀਂ ਹੋਇਆ, ਮੇਰਾ ਇੱਕ ਪਰਿਵਾਰ ਹੈ, ਮੈਂ ਸਿਰਫ ਉਹਨਾਂ ਨਾਲ ਗੱਲ ਕਰਨ ਵਾਸਤੇ ਲਾਈ ਹੋਏ, ਨਾ ਮੇਰੇ ਇਸ ਲਈ ਕੋਈ ਵੱਡਾ ਰੀਜ਼ਨ ਹੈ ਵੀ ਜਾਂ ਮੈਂ ਕੋਈ ਮੈਨੂੰ ਕੋਈ ਹੋਰ ਚਾਹੀਦਾ ਵੀ ਜਾਂ ਮੈਨੂੰ ਕੋਈ ਤੁਸੀਂ ਇਹ ਕਹਿ ਦੋਗੇ ਵੀ ਗਦਾਰ ਕਹਿ ਦੋਗੇ, ਗਦਾਰ ਜਾਂ ਨਾ ਜਾਂ ਕੁਛ ਮਾੜਾ ਕਹਿ ਦੋਗੇ, ਮੈਨੂੰ ਮੇਰੇ ਪਰਮਾਤਮਾ ਨੂੰ ਪਤਾ, ਮੇਰੇ ਲੋਕਾਂ ਨੂੰ ਪਤਾ, ਮੇਰੇ ਪਿੰਡਾਂ 'ਚ ਜਾ ਕੇ ਪੁੱਛੋ ਲੋਕਾਂ ਨੂੰ ਵੀ ਉਹ ਕਿੰਨੇ ਖੁਸ਼ ਨੇ। ਠੀਕ ਹੈ ਭਰਾ, ਅਸੀਂ ਆਪਦੇ ਲੋਕਾਂ ਨੂੰ ਜਿੱਥੋਂ ਉੱਠੇ, ਜਿੱਥੋਂ ਰੋਟੀ ਖਾਧੀ, ਜਿੱਥੋਂ ਪਲੇ ਵੱਡੇ ਹੋਏ ਹਾਂ, ਅਸੀਂ ਉਹ ਆਪਦੇ ਉੱਪਰ ਚੱਕਣੇ ਨੇ। ਠੀਕ ਹੈ ਨਾ, ਇੱਥੇ ਗੱਲਾਂ ਕਰਕੇ ਸੋਸ਼ਲ ਮੀਡੀਆ 'ਤੇ ਮੈਂ ਕਹਿੰਦਾ ਉਹ ਫਲਾਨਿਆਂ ਤੋਂ ਭੈ ਫੋਂ ਹੈ ਧਮਕਾ ਕਹਿ ਸਕਦਾ। ਠੀਕ ਹੈ, ਪਰ ਜਿੰਨੀਆਂ ਚੀਜ਼ਾਂ ਹੋਈਆਂ ਨੇ ਜ਼ਿੰਦਗੀ 'ਚ ਕਰਕੇ ਦਿਖਾਇਆ, ਠੀਕ ਹੈ, ਫਲੋਪ ਹੋ ਕੇ ਵੀ ਜਾ ਸਕਦਾ ਸੀ, ਫਲੋਪ ਹੋ ਕੇ ਵੀ ਹੁਣ ਇੱਧਰੋਂ ਗਾਣੇ ਚਲੋ ਹੰਡ ਕੇ ਚਲੋ ਹੁਣ ਇੱਧਰੋਂ ਪਲਟੀ ਮਾਰ ਲਈਏ, ਪਲਟੀ ਮਾਰਨ ਵਾਲਾ ਚੋਣੀ ਹੈਗੀ ਉਸਤਾਦ। ਜਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ ਉਹ ਪਹਿਲਾਂ ਵੀ ਗਲਤ ਕਿਹਾ, ਠੋਕ ਕੇ ਗਿਆ ਅਤੇ ਅੱਗੇ ਵੀ ਗਲਤ ਕਹਿੰਦੇ ਰਹਾਂਗੇ ਵੀ ਆਹ ਠੋਕ ਕੇ ਗਲਤ ਹੈ, ਚਾਹੇ ਜੋ ਮਰਜ਼ੀ ਹੋਵੇ। ਠੀਕ ਹੈ ਨਾ, ਬਾਕੀ ਮੈਂ ਇਹੀ ਚੀਜ਼ ਆ ਭਰਾ, ਕੋਸ਼ਿਸ਼ ਕਰੂੰਗਾ ਕੁਛ ਨਾ ਕੁਛ ਚੰਗਾ ਕਰਨ ਦੀ, ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ, ਮੇਰਾ ਵੀ ਥੋੜ੍ਹੀਆਂ ਜੋ ਵੀ ਹੈ ਸਿਰ ਮੱਥੇ ਹੈ। ਹਾਂ, ਸਤਿ ਸ਼੍ਰੀ ਅਕਾਲ।